ਸੋਸ਼ਲ ਐਕਟਿਵਿਸਟ ਜੀ, ਸਮਾਜ ਸੇਵੀ ਜੀ, ਤੇ ਹੁਣ ਤੁਸੀਂ ਚੱਲ ਪਏ ਹੋ ਇੱਧਰ ਨੂੰ ਪੋਲਿਟਿਕਸ ਵੱਲ ਕਿ ਅਮਰੀਕਾ ਛੱਡ ਕੇ ਪੰਜਾਬ ਦੇ ਵਿੱਚ ਜਾ ਕੇ ਬਸਣ ਦੀ ਕੋਈ ਸਲਾਹ ਬਣਾ ਤਾਂ ਨਹੀਂ ਬਣਾਈ ਵੀ? ਮੈਂ ਸਿਰਫ ਸਪੈਸ਼ਲ ਮੈਂ ਗਿਆ ਸੀਗਾ ਭਾਈ ਅਮਰਪਾਲ ਸਿੰਘ ਦੀ ਸਪੋਰਟ ਦੇ ਉੱਤੇ। ਤੁਸੀਂ ਉੱਥੇ ਹੁਣ ਪੂਰੀ ਤਰ੍ਹਾਂ ਮੈਦਾਨ ਦੇ ਵਿੱਚੋਂ ਵਿਚਰ ਕੇ ਆਏ ਹੋ, ਅਸਲ ਰਿਪੋਰਟ ਸਹੀ ਰਿਪੋਰਟ ਦੱਸੋ। 9% ਛੱਡ ਕੇ ਕਿ 100% ਰਿਪੋਰਟ ਆ? ਜੇ ਅਸੀਂ 10 ਬੰਦਿਆਂ ਨੂੰ ਵੀ ਪੁੱਛਿਆ ਨਾ, 10 ਨੇ ਵੀ ਇਹ ਗੱਲ ਕਹੀ, ਅਸੀਂ ਗੱਡੀ 'ਚ ਜਾਂਦੇ ਅਸੀਂ ਆਪਣਾ ਸਰਵਾ ਕਰਦੇ ਰਹੇ ਹਾਂ, ਸਾਡੇ 'ਤੇ ਕੋਈ ਝੰਡਾ ਨਹੀਂ ਲੱਗਿਆ ਸੀਗਾ, ਕੋਈ ਸਾਡੇ ਦਸਤਾਰਾ ਨਹੀਂ, ਇਸ ਤਾਂ ਤੁਹਾਨੂੰ ਪਤਾ ਵੀ ਘੁੰਨੇ ਮੋਨੇ ਆ, ਅਤੇ 10 ਨੇ ਕਿਹਾ ਵੀ ਅਸੀਂ ਭਾਈ ਅਮਰਪਾਲ ਨੂੰ ਵੋਟ ਪਾਉਣੀ ਹੈ। ਕਾਰਨ ਕੀ ਦੱਸਿਆ? ਕਾਰਨ ਇਹ ਆ ਵੀ ਜਿਹੜਾ ਧੱਕਾ ਕੀਤਾ ਆ ਵੀ ਸੈਂਟਰ ਸਰਕਾਰ ਨੇ ਅਤੇ ਨਾਲ ਰਲ ਕੇ ਆ ਆਪਣੇ ਜਿਹੜਾ ਹੈਗਾ ਆ ਜਮੂਰਾ ਭਗਵੰਤ ਮਾਨ, ਨਾ ਤਾਂ ਲੈਣ ਦਾ ਜੀ ਨਹੀਂ ਕਰਦਾ, ਅਤੇ ਕੋਈ ਇਨਸਾਨੀ ਹੈ ਇੱਥੇ? ਇਹ ਤਾਂ ਬੁੱਚੜਾ ਨਾਲੋਂ ਵੀ ਟੱਪ ਗਿਆ ਆ। ਅੰਮ੍ਰਿਤਪਾਲ ਸਿੰਘ ਦੀ ਕੋਈ ਬੈਕਗ੍ਰਾਉਂਡ ਪੋਲੀਟੀਕਲ ਨਹੀਂ ਹੈ, ਅਤੇ ਉੱਥੇ ਤਾਂ ਧੁਰੰਦਰ ਬੰਦੇ ਬਲਟੋਹੇ ਵਰਗੇ ਖੜ੍ਹੇ ਆ, ਚੰਗੇ ਚੰਗੇ ਹੋਰ ਧੁਰੰਦਰ ਬੰਦੇ ਸਰਕਾਰ ਦੇ ਆਪਣੇ ਜਿਹੜੇ ਉੱਥੇ ਮੰਤਰੀ ਵੀ ਖੜ੍ਹੇ ਆ। ਸਰਦਾਰ ਸਾਹਿਬ ਸੰਗਤ ਉੱਤੇ ਵੀ ਕੋਈ ਹੋਏ ਨੇ ਬਲਟੋਹਾ, ਤਾਂ ਕਹਿੰਦੇ ਵੀ ਤੁਸੀਂ ਦੇਖਿਓ ਜਮਾਨਤ ਜ਼ਬਤ ਕਰ ਦਿੰਦੇ ਨੇ। ਮੈਂ ਕਹਿੰਦਾ ਬਲਟੋਹਾ ਆਪਦੀ ਜਮਾਨਤ ਬਚਾ ਲਏ, ਇੰਨਾ ਸ਼ੁਕਰ ਕਰੇ ਉਹਨੂੰ, ਘਰ ਅਰਦਾਸ ਕਰ ਕਿਤੇ ਤੇਰੀ ਜਮਾਨਤ ਬਚ ਜਾ ਜੀ, ਤੇਰੀ ਉਹੀ ਜਬਾਨ ਜਿਹੜੀ ਲੋਕਾਂ ਨੇ ਉਹੀ ਵੱਢ ਦੇਣੀ ਹੈ ਜਿਹੜੀ ਤੇਰੀ ਬੋਲੀ ਹੈ ਇਹਦੀ, ਇਹੋ ਜੀ ਉਮਰ ਦੇ ਹਿਸਾਬ ਨਾਲ ਬੋਲਦਾ ਬਹੁਤ ਗਲਤ ਆ, ਸਿਰੇ ਦੀਆਂ ਚਵਲਾਂ ਮਾਰਦਾ ਉਹ ਵੀ। ਇਹ ਵਾਰ ਵਾਰ ਇਹ ਕਹਿੰਦੇ ਨੇ ਸਾਲ ਹੀ ਹੋਇਆ, ਅਜੇ ਸਾਲ ਹੀ ਹੋਇਆ ਵੀ ਐਡੀ ਛੇਤੀ ਕੀ ਹੋ ਗਿਆ? ਤੁਸੀਂ ਚਾਹੁੰਦੇ ਹੋ ਵੀ ਉਹ ਅੰਦਰ ਰਹਿਣ? ਇਹ ਨਾ ਸਮਝੇ ਵੀ ਅਸੀਂ ਰੋਡੇ ਮੋਡੇ ਹਾਂ, ਮੇਰੀ ਵੀ 53 ਸਾਲ ਉਮਰ ਹੈ, ਜਵਾਕ ਨਾ ਸਮਝੇ, ਮੇਰੇ ਤੋਂ 2-4 ਸਾਲ ਹੀ ਵੱਡਾ ਵਾਂਗਾ, ਅਸੀਂ ਬਥੇਰਾ ਕੁਛ ਕੀਤਾ ਹੈ, ਐਵੇਂ ਦੱਸਤਾ ਤਾਂ ਏਜੰਸੀਆਂ ਹੁਣ ਕੰਨ ਚੱਕ ਲੈਣਗੀਆਂ। ਤੁਹਾਡਾ ਸਾਰਾ ਗੁੱਸਾ ਇੱਕੋ ਦੀ ਹੈ ਕਿਹਦੇ ਤੇ? ਬਲਟੋਹਾ ਜੀ ਦੇਖੋ। ਨਹੀਂ ਬਲਟੋਹਾ ਤਾਂ ਕਿਉਂ, ਸਾਰਿਆਂ 'ਤੇ ਹੀ ਹੈ, ਜੀਰੇ ਦੀ ਵੀ ਸਾਰੇ ਕਿਹੜਾ, ਉਹ ਕਿਹੜਾ ਬੰਦਿਆਂ 'ਚੋਂ ਬੰਦੇ ਨੇ? ਜੇ ਉਹ ਬਾਹਰ ਆ ਜੂਗਾ ਤਾਂ ਇਹਨਾਂ ਦੇ ਢਿੱਡ 'ਚ ਪੀੜ ਹੋ ਜੂਗੀ। ਬੰਦੀ ਸਿੰਘ ਆ, ਉਹਨਾਂ ਬਾਰੇ ਅੱਜ ਤੱਕ ਕਿਉਂ ਨਹੀਂ ਸੋਚਿਆ ਗਿਆ? ਬਾਈ ਜੀ ਹੁਣ ਸੋਚਾਂਗੇ, ਸੋਚਣਾ ਤਾਂ ਇਹਨਾਂ ਸੀ ਚੋਰਿਆਂ ਨੇ। ਤੇ ਦੱਸ ਹੀ ਦਿਓ ਉੱਥੇ ਆ ਰਾਜੇ ਬੜਿੰਗਰ ਰੀਆਂ ਜੂਠਾਂ ਖੜੀਆਂ ਨੇ, ਇਹਨੇ ਜਾਪਤੇ 'ਚ ਲਿਆਉਂਦੇ ਲਿਆਉਂਦੇ ਨੇ, ਇਹਨੇ ਆਪ ਹੀ ਜਾਪਤੇ 'ਚ ਰਹਿ ਗਿਆ, ਸਾਰੀ ਕਾਂਗਰਸ ਹੀ ਇਹਨੇ ਖਾਲੀ ਕਰਤੀ, ਜਿਵੇਂ ਪੀਪਾ ਨਹੀਂ ਖੜਕਾ ਦੀਦਾ। ਜਿਹੜੀ ਇਹਦੇ ਕੋਲ ਗੱਡੀ ਆ ਡਿਸਕਵਰੀ 'ਚ, ਪਤਾ ਨਹੀਂ ਕਿਹੜੀ 2.5 ਕਰੋੜ ਦੀ ਗੱਡੀ ਆ ਸਰਦਾਰ ਸਾਹਿਬ, ਅਤੇ ਸਾਡੀ ਭੈਣ ਜੀ ਆ ਜਿਹੜੀ ਆਪਣੀ ਅੰਮ੍ਰਿਤਾ ਬੜਿੰਗ, ਉਹਦੇ ਕੋਲ ਲੈਂਡ ਕਰੂਜ਼ਰ 2 ਕਰੋੜ ਦੀ ਆ, ਹੈਂ? ਇਹ ਤੁਸੀਂ ਦੱਸੋ ਇਹਨਾਂ ਕੋਲ ਪੈਸਾ ਆਇਆ ਅਤੇ ਆਇਆ ਕਿੱਥੋਂ ਆ? ਇਹਨਾਂ ਦੀ ਤਾਂ ਜਾਂਚ ਹੋਣੀ ਚਾਹੀਦੀ ਆ। ਇਹਨਾਂ ਦੇ ਚੱਲਦੇ ਨੇ ਕਾਟਨ ਫੈਕਟਰੀਆਂ, ਸ਼ੈਲਰ ਇਹਨਾਂ ਦੇ ਚੱਲਦੇ ਨੇ, ਖੱਡਾ ਉੱਥੇ ਕੋਲੇ ਦੀਆਂ ਕੀ ਖਾਨਾਂ ਬੋਲਦੇ ਆ ਉਹਨੂੰ, ਪੱਥਰ ਦੀਆਂ ਰਾਜਸਥਾਨ ਦੇ ਵਿੱਚ, ਉੱਥੇ ਕਿਹੜਾ ਇਹਨਾਂ ਫੁੱਫੜ ਰਹਿੰਦਾ ਆ ਜਿਹੜਾ ਇਹਨੂੰ ਦੇਤੀਆਂ? ਭਾਈ ਅੰਮ੍ਰਿਤਪਾਲ ਨੂੰ, ਛਦਰਾ ਸਾਹਿਬ ਨੂੰ ਜਿਤਾਉਣ? ਜੇ ਉਹਨੂੰ ਵੀ ਨਹੀਂ ਪਾਉਣੀ ਤਾਂ ਆਪਣਾ ਕਮਲਜੀਤ ਹੈਗਾ ਆ, ਆਪਣਾ ਭਰਾ ਆ, ਨਾਲੇ ਕਿੰਨਾ ਮਤਲਬ ਕਿ ਜਿੱਥੇ ਵੀ ਕਿਤੇ ਕਿਸਾਨੀ ਦੀ ਗੱਲ ਹੁੰਦੀ ਉਹ ਤਾਂ ਜਾ ਕੇ ਅੜਦਾ ਆ, ਕੋਈ ਪੰਥਕ ਮੁੱਦਾ ਆ ਉੱਥੇ ਜਾ ਕੇ ਖੜਦਾ ਆ। ਇਹਨੂੰ ਪਤਾ ਨਹੀਂ ਨਾ ਜਿੱਦਣ ਰਾਮਗੜੀਆਂ ਨੇ ਧੌਣ 'ਤੇ ਗੋਡਾ ਰੱਖਦਾ ਤਾਂ ਤੇਰੀ ਚੀਕ ਵੀ ਨਹੀਂ ਨਿਕਲਣੀ, ਪਿੱਛੋਂ ਦੀਆਂ ਨਿਕਲਣੀ ਆ, ਮੂੰਹ 'ਚੋਂ ਨਹੀਂ ਨਿਕਲਣੀ। ਮੁੱਖ ਮੰਤਰੀ ਵਾਲੇ ਉਹਦੇ 'ਚ ਕੋਈ ਗੁਣ ਹੈਗਾ ਆ? ਮੁੱਖ ਮੰਤਰੀ ਅੱਜ ਤੱਕ ਤੁਸੀਂ ਦੇਖਿਆ ਜਿਹੜਾ ਉੱਤੇ ਗਾਣੇ ਲਾ ਕੇ ਟਟਪੂਸੀਆਂ ਗੱਡੀ ਦੇ ਉੱਤੇ ਲਾਉਂਦਾ ਹੋਵੇ? ਤੁਸੀਂ ਅਕਾਲੀ ਤੁਸੀਂ ਨਹੀਂ ਛੱਡਦੇ,
ਕਾਂਗਰਸੀ ਤੁਸੀਂ ਨਹੀਂ ਛੱਡਦੇ, ਹੁਣ ਆਪ ਵਾਲਿਆਂ ਦੇ ਮਗਰ ਪੈ ਗਏ, ਫਿਰ ਇਹਦਾ ਮਤਲਬ ਮੰਨ ਲਈਏ ਪਿੱਛੇ ਤੁਸੀਂ ਭਾਜਪਾ ਦੀ ਵੀ ਸਪੋਰਟ ਕਰਦੇ ਹੋਵੋਗੇ ਕਿ ਨਹੀਂ? ਅਸੀਂ ਹਾਂਜੀ ਭਾਜਪਾ ਦੇ ਅਸੀਂ ਤਾਂ ਛਿੱਤਰ ਮਾਰਦੇ ਹਾਂ, ਅਸੀਂ ਸਪੋਰਟ ਕਾਹਦੀ ਕਰਦੇ ਹਾਂ? ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਪੰਜਾਬ ਦੇ ਵਿੱਚ ਇਸ ਵੇਲੇ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਅਤੇ ਗੁਰਲਾਲ ਸਿੰਘ ਜੀ ਭਾਊ ਸਮਾਜ ਸੇਵੀ ਨੇ ਭਾਰਤ ਦਾ ਦੌਰਾ ਕਰਕੇ ਆਏ ਨੇ। ਆਪਾਂ ਪੁੱਛਦੇ ਇਹਨਾਂ ਕੋਲੋਂ ਗੱਲਬਾਤ, ਖਡੂਰ ਸਾਹਿਬ ਦੇ ਉੱਤੇ ਇਹ ਵਿਸ਼ੇਸ਼ ਹਫ਼ਤਾ ਲਗਾ ਕੇ ਆਏ ਆ, ਸਾਰੀ ਗੱਲਬਾਤ ਇਹਨਾਂ ਤੋਂ ਪੁੱਛਦੇ ਕਿਸ ਤਰ੍ਹਾਂ ਦਾ ਮਾਹੌਲ ਹੈ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹਾਲ ਚਾਲ ਹੈ ਜੀ? ਚੜ੍ਹਦੀ ਕਲਾ, ਬੜੀ ਕਿਰਪਾ ਤੁਸੀਂ। ਇਹ ਦੱਸੋ ਤੁਸੀਂ ਉਹ ਸੋਸ਼ਲ ਐਕਟਿਵਿਸਟ ਜੀ, ਸਮਾਜ ਸੇਵੀ ਜੀ, ਤੇ ਹੁਣ ਤੁਸੀਂ ਚੱਲ ਪਏ ਹੋ ਇੱਧਰ ਨੂੰ ਪੋਲਿਟਿਕਸ ਵੱਲ, ਕਿ ਅਮਰੀਕਾ ਛੱਡ ਕੇ ਪੰਜਾਬ ਦੇ ਵਿੱਚ ਜਾ ਕੇ ਬਸਣ ਦੀ ਕੋਈ ਸਲਾਹ ਬਣਾ ਤਾਂ ਨਹੀਂ ਬਣਾਈ ਵੀ ਤੁਸੀਂ ਜਾ ਕੇ ਤੁਸੀਂ ਵੀ ਅੱਗੇ ਜਾ ਕੇ ਇਲੈਕਸ਼ਨ ਲੜਨ ਦਾ ਕੀ ਮਾਹੌਲ ਹੋਵੇ? ਨਹੀਂ ਜੀ, ਮੈਂ ਵੈਸੇ ਆਉਂਦਾ ਜਾਂਦਾ ਸ਼ੁਰੂ ਤੋਂ ਹੀ ਆ, ਮੇਰੇ 2 ਤੋਂ ਲੈ ਕੇ 4 ਚੱਕਰ ਜਿਹੜੇ ਇੰਡੀਆ ਦੇ ਵਿੱਚ ਲੱਗਦੇ ਆ। ਬਾਕੀ ਸਮਾਜ ਸੇਵੀ ਦੇ ਜਿਵੇਂ ਕੁੜੀਆਂ ਦੇ ਵਿਆਹ ਕਰਨੇ ਹੋਰ ਗਏ, ਚਲੋ ਇੱਕ ਵੱਖਰਾ ਵਿਸ਼ਾ ਆ। ਮੈਂ ਸਿਰਫ ਸਪੈਸ਼ਲ ਮੈਂ ਗਿਆ ਸੀਗਾ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਦੇ ਉੱਤੇ, ਮੈਨੂੰ ਹੋਰ ਕੋਈ ਕੰਮ ਨਹੀਂ ਸੀ, ਕੋਈ ਵਿਹਾਰਾ ਨਹੀਂ ਸੀਗਾ। ਅਤੇ ਉੱਥੇ ਹੀ ਜਾ ਕੇ ਮੈਂ ਇੱਕ ਰਾਤ ਸਿਰਫ ਘਰੇ ਰਿਹਾ ਹਾਂ, ਟੇਚੀ ਰੱਖੇ ਆ ਅਤੇ ਸਿੱਧਾ ਖਡੂਰ ਸਾਹਿਬ ਪਹੁੰਚ ਗਿਆ। ਉਸ ਤੋਂ ਬਾਅਦ ਰੂਟ ਬਣ ਗਿਆ, ਫਿਰ ਅਸੀਂ ਟਾਰੀ ਬਾਰਡਰ ਦੇ ਉੱਤੇ ਅਸੀਂ ਮਤਲਬ ਕਿ ਬਾਪੂ ਜੀ ਦੇ ਨਾਲ ਅਸੀਂ ਜਿਹੜੇ ਰਹਿੰਦੇ ਰਹੇ ਹਾਂ, ਫਿਰ ਅਸੀਂ ਇੱਧਰਲੇ ਪਾਸੇ ਆ ਗਏ ਹਾਂ ਖਡੂਰ ਸਾਹਿਬ ਵਾਲੀ ਸਾਈਡ ਦੇ ਉੱਤੇ, ਅਤੇ ਬਹੁਤ ਵਧੀਆ ਜਿਹੜਾ ਲੋਕਾਂ ਦਾ ਰਿਸਪੌਂਸ ਸੀ। ਤੁਸੀਂ ਉੱਥੇ ਹੁਣ ਪੂਰੀ ਤਰ੍ਹਾਂ ਮੈਦਾਨ ਦੇ ਵਿੱਚੋਂ ਵਿਚਰ ਕੇ ਆਇਓ ਜੀ, ਅਸਲ ਰਿਪੋਰਟ, ਸਹੀ ਰਿਪੋਰਟ ਦੱਸੋ ਕੀ ਹੈ? ਸਹੀ ਰਿਪੋਰਟ ਇਹ ਆ ਜੀ, ਮੈਂ ਕਹਿੰਦਾ ਵੀ 99% ਛੱਡ ਕੇ ਕਿ 100% ਰਿਪੋਰਟ ਆ। ਜੇ ਅਸੀਂ 10 ਬੰਦਿਆਂ ਨੂੰ ਵੀ ਪੁੱਛਿਆ ਨਾ, 10 ਨੇ ਵੀ ਇਹ ਗੱਲ ਕਹੀ, ਅਸੀਂ ਗੱਡੀ 'ਚ ਜਾਂਦੇ ਅਸੀਂ ਆਪਣਾ ਸਰਵਾ ਕਰਦੇ ਰਹੇ ਹਾਂ, ਸਾਡੇ 'ਤੇ ਕੋਈ ਝੰਡਾ ਨਹੀਂ ਲੱਗਿਆ ਸੀਗਾ, ਕੋਈ ਸਾਡੇ ਦਸਤਾਰਾ ਨਹੀਂ, ਅਸੀਂ ਤਾਂ ਤੁਹਾਨੂੰ ਪਤਾ ਵੀ ਘੁੰਨੇ ਮੋਨੇ ਹਾਂ। ਅਤੇ 10 ਨੇ ਹੀ ਕਿਹਾ ਵੀ ਅਸੀਂ ਭਾਈ ਅੰਮ੍ਰਿਤਪਾਲ ਨੂੰ ਵੋਟ ਪਾਉਣੀ ਹੈ, ਚਾਹੇ ਉਹ ਹਿੰਦੂ ਸੀਗਾ, ਚਾਹੇ ਕੋਈ ਰੇਹੜੀ ਲਾਉਂਦਾ ਸੀਗਾ, ਚਾਹੇ ਕੋਈ ਵੀ ਕੰਮ ਕਰਦਾ ਸੀ, ਚਾਹੇ ਰਿਕਸ਼ੇ ਵਾਲਾ ਸੀ। ਅਸੀਂ ਸਾਰੇ ਬੰਦਿਆਂ ਤੋਂ ਅਲੱਗ ਅਲੱਗ ਪੁੱਛਦੇ ਗਏ, ਅਸੀਂ ਹਰੀਕਿਆਂ ਤੋਂ ਕਿ ਅਸੀਂ ਮਖੂ ਤੋਂ ਹੀ ਪੁੱਛਣਾ ਸ਼ੁਰੂ ਕਰਤਾ ਸੀਗਾ। ਖਾਸੀਅਤ, ਕਾਰਨ ਕੀ ਦੱਸਿਆ? ਕਾਰਨ ਇਹ ਆ ਵੀ ਜਿਹੜਾ ਧੱਕਾ ਕੀਤਾ ਆ ਸੈਂਟਰ ਸਰਕਾਰ ਨੇ ਅਤੇ ਨਾਲ ਰਲ ਕੇ ਆ ਆਪਣੇ ਜਿਹੜਾ ਹੈਗਾ ਆ ਜਮੂਰਾ ਆ ਭਗਵੰਤ ਮਾਨ, ਨਾਂ ਤਾਂ ਲੈਣ ਦਾ ਜੀ ਨਹੀਂ ਕਰਦਾ। ਤੁਹਾਡੇ ਤਾਂ ਇਲਾਕੇ ਦਾ ਜੀ? ਨਹੀਂ ਇਲਾਕੇ ਦਾ ਤਾਂ ਹੈਗਾ ਆ, ਪਰ ਇਲਾਕੇ ਦਾ ਕੀਤਾ ਤਾਂ ਕੁਛ ਨਹੀਂ ਨਾ। ਇਲਾਕੇ ਦਾ ਕੀ ਕੀਤਾ? ਨਾਲ ਲਾ ਕੇ ਉਹਦੇ ਭਾਜਪਾ ਦੇ ਨਾਲ ਲਾ ਕੇ NSA ਲਾਤੀ ਮੁੰਡੇ ਕਿੰਨੇ ਨੇ ਜਿਹੜੇ ਉਹ ਡੁਬੜੂਗੜ੍ਹ ਭੇਜਦੇ ਨੇ, ਪਤਾ ਨਹੀਂ ਕਿੰਨੇ ਮੁੰਡੇ ਸੀਗੇ ਜਿਨ੍ਹਾਂ ਨੇ +2 ਦੇ ਜਿਨ੍ਹਾਂ ਨੇ ਅਜੇ ਪੇਪਰ ਦੇਣੇ ਸੀਗੇ, ਅਤੇ ਸਿਰਫ ਕਾਰਨ ਕੀ ਸੀਗਾ ਉਹਨਾਂ ਨੂੰ ਰੈਸਟ ਕਰਨ ਦਾ, ਚੱਡੇ ਪਾੜਨ ਦਾ? ਸਿਰਫ ਉਹਨਾਂ ਨੇ ਪੋਸਟਾਂ ਸ਼ੇਅਰ ਕੀਤੀਆਂ ਹੋਈਆਂ ਸੀਗੀਆਂ ਅਤੇ ਕਮੈਂਟ ਕੀਤੇ ਹੋਏ ਸੀਗੇ, ਇੰਨਾ ਕੁ ਉਹਨਾਂ ਦਾ ਦੋਸ਼ ਸੀਗਾ। ਮਤਲਬ ਕਿ ਹੁਣ ਤੁਸੀਂ ਇਹ ਦੇਖ ਲਓ ਵੀ ਜਿਹੜਾ 10ਵੀਂ ਦੇ ਵਿੱਚ ਜਵਾਕ ਪੜ੍ਹਦਾ ਆ ਉਹ ਕਿੰਨੇ ਦਾ ਹੋਊਗਾ? 12-13 ਸਾਲਾਂ ਦਾ, 14 ਸਾਲਾਂ ਦਾ? ਉਹਨੂੰ ਧੁੰਦਾਂ ਦੇ ਵਿੱਚ ਉਠਾ ਕੇ ਤੁਸੀਂ CI ਦੇ ਵਿੱਚ ਜਾ ਕੇ ਟੈਰੋਗੇਟ ਕਰੀ ਜਾਂਦੇ ਹੋ, ਹੈਂ? ਅਤੇ ਕੋਈ ਇਨਸਾਨੀਅਤ ਆ? ਇਹ ਤਾਂ ਬੁੱਚੜਾਂ ਨਾਲੋਂ ਵੀ ਟੱਪੇ ਆ। ਅੱਛਾ ਇਹ ਦੱਸੋ ਵੀ ਜਦੋਂ ਅਸੀਂ ਬੈਕਗਰਾਊਂਡ ਦੇਖਦੇ ਹਾਂ ਪੋਲੀਟੀਕਲ, ਅੰਮ੍ਰਿਤਪਾਲ ਸਿੰਘ ਦੀ ਕੋਈ ਬੈਕਗਰਾਊਂਡ ਪੋਲੀਟੀਕਲ ਨਹੀਂ ਹੈ, ਅਤੇ ਉੱਥੇ ਤਾਂ 53 ਬੰਦੇ ਬਲਟੋਹੇ ਵਰਗੇ ਖੜ੍ਹੇ ਆ, ਚੰਗੇ ਚੰਗੇ ਹੋਰ 53 ਬੰਦੇ ਸਰਕਾਰ ਦੇ ਆਪਣੇ ਜਿਹੜੇ ਉੱਥੇ ਮੰਤਰੀ ਵੀ ਖੜ੍ਹੇ ਆ, ਹੈ ਨਾ, ਜਿਹੜੇ ਇਸ ਵੇਲੇ ਮੌਜੂਦਾ ਮੰਤਰੀ ਹੈ, ਅਤੇ ਮੁਕਾਬਲਾ ਕਿਵੇਂ ਲੱਗਦਾ ਇਹ? ਮੁਕਾਬਲਾ ਤਾਂ ਹੈ ਹੀ ਨਹੀਂ ਜੀ 53, ਮੇਰੀ ਗੱਲ ਸੁਣੋ ਜੀ, ਸਰਦਾਰ ਸਾਹਿਬ ਸੰਗਤ ਉੱਤੇ ਵੀ ਕੋਈ ਹੋਏ ਨੇ, ਦੁਨੀਆਂ ਨੇ ਬਣਾਇਆ ਨਾ, ਸੰਗਤ ਸਾਰੀ ਉਹਦੇ ਨਾਲ ਆ,
ਬਲਟੋਆ ਤਾਂ ਕਹਿੰਦੇ ਵੀ ਤੁਸੀਂ ਦੇਖਿਓ ਜ਼ਮਾਨਤ ਜ਼ਬਤ ਕਰ ਦੇਣੀ ਇਹਨੇ। ਮੈਂ ਕਹਿੰਦਾ ਬਲਟੋਆ ਆਪਦੀ ਜ਼ਮਾਨਤ ਬਚਾ ਲੇ, ਇੰਨਾ ਸ਼ੁਕਰ ਕਰੇ ਉਹਨੂੰ ਘਰ ਅਰਦਾਸ ਕਰ ਕਿਤੇ ਤੇਰੀ ਜ਼ਬਾਨਤ ਬਚ ਜਾ ਜੇ, ਤੇਰੀ ਉਹੀ ਜ਼ਬਾਨ ਜਿਹੜੀ ਲੋਕਾਂ ਨੇ ਉਹੀ ਵੱਢ ਦੇਣੀ ਹੈ ਜਿਹੜੀ ਤੇਰੀ ਬੋਲੀ ਹੈ ਇਹਦੀ, ਇਹੋ ਜਿਹੀ ਬੋਲੀ ਬਹੁਤ ਮਾੜੀ ਹੈ ਉਹਦੀ, ਉਮਰ ਦੇ ਹਿਸਾਬ ਨਾਲ ਬੋਲਦਾ ਬਹੁਤ ਗਲਤ ਆ, ਸਿਰੇ ਦੀਆਂ ਚਵਲਾਂ ਮਾਰਦਾ ਉਹ। ਤੁਸੀਂ ਇਹ ਦੱਸੋ ਉਹ ਕਹਿੰਦੇ ਨੇ ਵੀ ਇੱਕ ਸਾਲ ਦੇ ਵਿੱਚ ਹੁਣ ਜੀਭ ਬਾਹਰ ਆ ਗਈ ਆ ਭਾਈ ਅੰਮ੍ਰਿਤਪਾਲ ਦੀ, ਉਹਨਾਂ ਨੇ ਕਿੱਦਣ ਇਹ ਗੱਲ ਕਹੀ ਵੀ ਮੈਨੂੰ ਇਲੈਕਸ਼ਨ ਲੜਾਓ? ਉਹ ਤਾਂ ਉੱਥੇ ਮੋਰਚਾ ਲੱਗਿਆ ਹੋਇਆ ਸੀਗਾ ਆਪਣਾ, ਜਿਹੜੀ ਸੰਗਤ ਇਕੱਠੀ ਹੋਈ ਸੀ ਅੰਮ੍ਰਿਤਸਰ, ਠੀਕ ਹੈ ਗੱਲ, ਉੱਥੇ ਸੰਗਤ ਦੇ ਵਿੱਚ ਹੌਲੀ ਹੌਲੀ ਇਹ ਗੱਲਬਾਤ ਚਰਚਾ ਬਣੀ ਵੀ ਜਿਹੜੇ ਆਪਣੇ ਬੰਦੀ ਸਿੰਘ ਨੇ ਜਿੰਨੇ ਵੀ ਆਪਣੇ ਬੰਦੇ ਨੇ ਆਪਾਂ ਹੌਲੀ ਹੌਲੀ ਸਾਰੇ ਬਾਹਰ ਕਢਾਈਏ, ਉੱਥੇ ਮਤਲਬ ਕਿ ਇੱਕ ਗੁਰਮਤਾ ਹੋ ਗਿਆ ਸੰਗਤ ਦੇ ਵਿੱਚ ਹੌਲੀ ਹੌਲੀ, ਠੀਕ ਹੈ ਜੀ ਗੱਲ। ਉਦੋਂ ਤੱਕ ਕਈ ਸੀਟਾਂ 'ਤੇ ਜਿਹੜੇ ਬੰਦੇ ਨੇ ਉਹ ਖੜਾਤੇ ਸੀਗੇ ਆਪਣੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ, ਚਲੋ ਇੱਕ ਦੋ ਸੀਟਾਂ ਰਹਿੰਦੀਆਂ ਸੀਗੀਆਂ, ਉਹਨਾਂ ਦਾ ਵੀ ਵੇਖੋ ਕਿੱਡਾ ਵੱਡਾ ਵਡੱਪਣ ਆ ਸਿਮਰਜੀਤ ਸਿੰਘ ਮਾਨ ਦਾ, ਉਹਨਾਂ ਨੇ ਆਪਣਾ ਬੰਦਾ ਪਿੱਛੇ ਕਰ ਲਿਆ, ਡਰਾਅ ਕਰ ਲਿਆ, ਠੀਕ ਹੈ ਜੀ ਗੱਲ। ਉਹਨਾਂ ਨੇ ਨਹੀਂ ਕਿਹਾ, ਸੰਗਤ ਨੇ ਉਹਨਾਂ ਨੂੰ ਖੜਾ ਕੀਤਾ ਆ, ਇਸ ਕਰਕੇ ਜਿਹੜਾ ਉਹ ਚੋਣ ਲੜ ਰਹੇ ਨੇ। ਦੂਜੀ ਗੱਲ ਇਹ ਆ ਵੀ ਇਹ ਵਾਰ ਵਾਰ ਇਹ ਕਹਿੰਦੇ ਨੇ ਸਾਲ ਹੀ ਹੋਇਆ, ਅਜੇ ਸਾਲ ਹੀ ਹੋਇਆ ਵੀ ਐਡੀ ਛੇਤੀ ਕੀ ਹੋ ਗਿਆ, ਤੁਸੀਂ ਚਾਹੁੰਦੇ ਹੋ ਵੀ ਉਹ ਅੰਦਰ ਰਹਿਣ ਤੇ ਸਾਡੇ ਵਾਸਤੇ ਜਿਹੜਾ ਵਿਹੜਾ ਆ ਉਹ ਮੋਕਲਾ ਹੋ ਜੇ, ਜਿਹਨੂੰ ਆਪਾਂ ਖੁੱਲਾ ਬੋਲਦੇ ਹਾਂ। ਨਹੀਂ ਤੁਹਾਨੂੰ ਕਿਹਨੇ ਕਹਿਤਾ ਵੀ ਸੰਗਤ ਨੇ ਕਿਹਾ, ਉਹ ਤਾਂ ਆਪ ਉਹਨਾਂ ਦਾ ਇੱਕ ਜਿਹੜਾ ਵਕੀਲ ਸੀਗਾ ਉਹਨੇ ਅਨਾਊਂਸ ਕੀਤਾ ਸੀਗਾ ਵੀ ਉਹਨਾਂ ਦੇ ਮਾਂ ਪਿਓ ਨੂੰ ਵੀ ਪਤਾ ਨਹੀਂ ਸੀਗਾ ਵੀ ਅੰਮ੍ਰਿਤਪਾਲ ਸਿੰਘ ਨੇ ਇਲੈਕਸ਼ਨ ਲੜਨੀ ਹੈ। ਨਹੀਂ ਨਹੀਂ, ਸੰਗਤ ਨੇ ਹੀ ਜਾ ਕੇ ਵਕੀਲ ਨੂੰ ਗੱਲ ਕੀਤੀ ਆ, ਠੀਕ ਹੈ ਗੱਲ, ਵੀ ਆਹ ਗੱਲਬਾਤ ਚੱਲਦੀ ਆ, ਵਕੀਲ ਵੀ ਉੱਥੇ ਆਉਂਦਾ ਜਾਂਦਾ ਸੀਗਾ, ਠੀਕ ਹੈ ਗੱਲ, ਫਿਰ ਉਹਨਾਂ ਨੇ ਜਾ ਕੇ ਗੱਲ ਕੀਤੀ, ਉਹ ਤਾਂ ਮੰਨਦੇ ਨਹੀਂ ਸੀਗੇ। ਪਰ ਭਾਈ ਰਾਜਦੇਵ ਸਿੰਘ ਖਾਲਸਾ ਜਿਨ੍ਹਾਂ ਦੇ ਜਿਹੜੇ ਉਹਨਾਂ ਦੇ ਅਟਾਰਨੀ ਵਕੀਲ ਰਹੇ ਆ, ਉਹਨਾਂ ਦੀ ਪਿਛੋਕੜ ਵੀ ਥੋੜ੍ਹੀ ਬਹੁਤੀ ਲੋਕੀ ਇਸ ਗੱਲ ਦੇ ਉੱਤੇ ਕਹਿੰਦੇ ਵੀ ਇਹ ਤਾਂ ਆਪ RSS ਦੇ ਬੰਦੇ ਆ। ਤੇ ਨਹੀਂ ਤੇ ਜਿਹੜਾ ਬਲਟੋਆ ਆ ਇਹ ਕਿਹਦੇ ਨਾਲ ਰਿਹਾ, ਇਹ RSS ਦਾ ਨਹੀਂ ਭਾਈਵਾਲ ਰਿਹਾ, ਭਾਜਪਾ ਦੇ ਭਾਈਵਾਲ ਨਹੀਂ ਰਹੇ ਇੰਨਾ ਚਿਰ ਇਹਨਾਂ ਨੇ। ਨਹੀਂ ਅੱਜ ਕਹਿੰਦਾ ਮੈਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ, ਅਸੀਂ ਬੰਦੀ ਸਿੰਘ ਛੁਡਾ ਕੇ ਲੈ ਕੇ ਆਵਾਂਗੇ, ਮੈਨੂੰ ਭੇਜੋ ਪਾਰਲੀਮੈਂਟ ਦੇ ਵਿੱਚ। ਕਿੰਨੀ ਵਾਰੀ MLA ਬਣਿਆ, ਮਤਲਬ 3-4 ਵਾਰੀ MLA ਬਣ ਗਿਆ, ਮੰਤਰੀ ਵੀ ਰਹੇ ਨੇ, ਠੀਕ ਹੈ ਜੀ ਗੱਲ। ਭਾਜਪਾ ਦੇ ਨਾਲ ਭਾਈਵਾਲ ਰਹੇ ਨੇ, ਉੱਤੇ ਸੈਂਟਰ ਦੇ ਵਿੱਚ ਸਰਕਾਰ ਸੀ ਇਹਨਾਂ ਦੀ ਭਾਈਵਾਲਾਂ ਦੀ, ਉਦੋਂ ਇਹਨਾਂ ਨੇ ਕਿੰਨੀ ਕੁ ਵਾਰਾਂ ਗੱਲ ਕੀਤੀ ਆ, ਉਦੋਂ ਕੋਈ ਕੋਈ ਬੰਦਾ ਕਿਉਂ ਨਹੀਂ ਲਿਆਉਂਦਾ? ਆਪਦੀ ਸੀਟ ਛੱਡਦੇ ਨਾ, ਖੜਾਉਂਦੇ ਕਿਸੇ ਨੂੰ? ਭਾਈ ਵਾਰਾ ਸਾਹਿਬ ਨੂੰ ਖੜਾਉਂਦੇ, ਰਾਜੂਆ ਆਪਣੇ ਭਾਈ ਸਾਹਿਬ ਨੇ, ਉਹਨਾਂ ਨੂੰ ਖੜਾਉਂਦੇ ਕਿਤੋਂ? ਆਪਦੀਆਂ ਸੀਟਾਂ ਛੱਡ ਕੇ ਕਿਉਂ ਨਹੀਂ ਖੜਾਇਆ? ਤੁਹਾਡਾ ਸਾਰਾ ਗੁੱਸਾ ਇੱਕੋ ਦੀ ਹੈ, ਕਿਹਦੇ ਤੇ? ਬਲਟੋਆ ਜੀ ਦੇਖੋ। ਨਹੀਂ ਬਲਟੋਆ ਤਾਂ ਕਿਉਂ, ਸਾਰਿਆਂ ਤੇ ਹੀ ਹੈ, ਜੀਰੇ ਦੀ ਵੀ ਸਾਰੇ ਕਿਹੜਾ, ਉਹ ਕਿਹੜਾ ਬੰਦਿਆਂ ਚੋਂ ਬੰਦੇ ਨੇ, ਉਹ ਵੀ ਪਿੱਛੇ ਘਾੜ ਸਕਦੇ ਸੀਗੇ ਜੇ ਇੱਕ ਕਿਸੇ ਆਗੂ ਆ, ਚਲੋ ਅਸੀਂ ਤਾਂ ਉਹਨੂੰ ਆਗੂ ਮੰਨਦੇ ਹਾਂ, ਇਹ ਮੰਨਣ ਚਾਹੇ ਨਾ ਮੰਨਣ, ਸਾਰੀਆਂ ਧਿਰਾਂ ਕਾਂਗਰਸ ਨਾ ਮੰਨੇ ਚਾਹੇ ਅਕਾਲੀ ਦਲ ਵਾਲੇ ਨਾ ਮੰਨਣ, ਜਿਹੜੀ ਨੌਜਵਾਨੀ ਆ ਉਹ ਉਹਨੂੰ ਆਗੂ ਮੰਨਦੀ ਆ ਤੇ ਅਸੀਂ ਉਹਨੂੰ ਆਗੂ ਮੰਨਦੇ ਹਾਂ, ਠੀਕ ਹੈ ਜੀ ਗੱਲ। ਜੇ ਉਹ ਬਾਹਰ ਆ ਜਾਊਗਾ ਤੇ ਇਹਨਾਂ ਦੇ ਢਿੱਡ 'ਚ ਪੀੜ ਹੋ ਜੂਗੀ, ਅਸੀਂ ਤਾਂ ਕਹਿੰਦੇ ਆਉਣਾ ਚਾਹੀਦਾ ਆ, ਇੱਕ ਰਾਹ ਬਣ ਗਿਆ ਆ, ਫਿਰ ਦੂਜੇ ਵੀ। ਬੰਦੀ ਸਿੰਘ ਆ ਉਹਨਾਂ ਬਾਰੇ ਅੱਜ ਤੱਕ ਕਿਉਂ ਨਹੀਂ ਸੋਚਿਆ ਗਿਆ ਬਾਈ ਜੀ? ਹੁਣ ਸੋਚਾਂਗੇ, ਸੋਚਣਾ ਤੇ ਇਹਨਾਂ ਸੀ ਚੋਰਿਆਂ ਨੇ, ਇਹ ਜਿਹੜੇ ਕੁਰਸੀਆਂ ਤੇ ਬੈਠੇ ਸੀ ਅਸੀਂ ਥੋੜੀ ਸੋਚਣਾ ਸੀਗਾ, ਅਸੀਂ ਤਾਂ ਮਗਰ ਜਾਣ ਵਾਲੇ ਹਾਂ, ਨਾਰੇ ਲਾਉਣ ਵਾਲੇ ਹਾਂ, ਕਿ ਗਲਤ ਗੱਲ ਆ? ਜੇ ਮੇਰੀ ਗੱਲ ਸੁਣ ਲਓ, ਜੇ ਇਹ ਉਦੋਂ ਗੱਲ ਕਰਦੇ ਜਿਹੜੇ ਆਪਣੇ ਇੰਨੇ ਸਾਲਾਂ ਤੋਂ 30-30 ਸਾਲਾਂ ਤੋਂ ਭਾਈ ਦਵਿੰਦਰਪਾਲ ਭੁੱਲਰ ਸਿੰਘ ਹਾਂ ਅੰਦਰ ਬੈਠੇ ਨੇ, ਜੇ ਉਹਨਾਂ ਦੀ ਇਹ ਗੱਲ ਕਰਦੇ, ਅਸੀਂ ਕਿਸੇ ਪਾਰਟੀ ਤੋਂ ਹੋਰ ਕੀ ਲੈਣਾ ਆ? ਅਸੀਂ ਇਹਨਾਂ ਦੇ ਮਗਰ ਹੁੰਦੇ ਵੀ ਸਾਡੀ ਇਹ ਗੱਲ ਕਰਦੇ ਪੈਣੇ, ਸਾਡੇ ਬੰਦਿਆਂ ਦੀ ਗੱਲ ਕਰਦੇ ਨੇ, ਇਹ ਉਹਨਾਂ ਦੀ ਤਾਂ ਗੱਲ ਹੀ ਨਹੀਂ ਕਰਦੇ, ਉਹਨਾਂ ਦੀ ਤਾਂ ਸਿਰਫ ਰੋਟੀਆਂ ਸੇਕਦੇ ਨੇ ਵੀ ਲਾ ਕੇ ਤਾਂ
ਤੱਤੇ ਤੰਦੂਰ 'ਤੇ ਤਾਂ ਖਾ ਲਈਏ ਦੋ ਚਾਰ, ਸਭ ਕੁਛ ਇਹ ਕਰ ਸਕਦੇ ਸੀ। ਭਾਈ ਸਾਹਿਬ ਇਹਨਾਂ ਦੇ ਮਨ ਦੇ ਵਿੱਚ ਖੋਟ ਆ, ਇਹਨਾਂ ਨੇ ਨਹੀਂ ਕੀਤਾ, ਬੇਅਦਬੀਆਂ ਹੋਈਆਂ। ਕਿੱਥੇ ਬੋਲਿਆ ਦੱਸੋ ਮੈਨੂੰ, ਇੱਕ ਥਾਂ 'ਤੇ ਵੀ ਇਹਨੇ ਕਿਹਾ ਹੋਵੇ ਵੀ ਆਹ ਲਓ ਮੈਂ ਛੱਡੀ ਪਾਰਟੀ। ਠੀਕ ਹੈ ਗੱਲ, ਮੈਂ ਸੰਗਤ ਦੇ ਨਾਲ ਖੜਾ ਹੋਇਆ, ਮੈਂ ਗੁਰੂ ਦੇ ਨਾਲ ਖੜਾ ਹੋਇਆ, ਇੱਕ ਵਾਰ ਬੋਲਿਆ। ਫਿਰ ਉਹ ਸਰਸੇ ਵਾਲੇ ਨੂੰ, ਉਹ ਸਾਧ ਨੂੰ ਮਾਫ਼ੀ ਦਿੱਤੀ, ਉਦੋਂ ਇਹ ਬੋਲਿਆ, ਉਦੋਂ ਇਹਦੀ ਜ਼ਬਾਨ ਕਿੱਥੇ ਸੀਗੀ ਇਸ ਵੱਡੇ ਸੂਰਮੇ ਦੀ ਖੜਕੂ ਦੀ। ਇਹ ਨਾ ਸਮਝੇ ਵੀ ਅਸੀਂ ਰੋਡੇ ਮੋਡੇ ਹਾਂ, ਮੇਰੀ ਵੀ 53 ਸਾਲ ਉਮਰ ਹੈ, ਜਵਾਕ ਨਾ ਸਮਝੇ, ਮੇਰੇ ਤੋਂ 2-4 ਸਾਲ ਹੀ ਵੱਡਾ ਹੋਵਾਂਗਾ, ਅਸੀਂ ਬਥੇਰਾ ਕੁਛ ਕੀਤਾ, ਐਵੇਂ ਦੱਸਤਾ ਤਾਂ ਏਜੰਸੀਆਂ ਹੁਣ ਕੰਨ ਚੱਕ ਲੈਣਗੀਆਂ। ਦੱਸਣਾ ਕੀ ਆ, ਸਾਡੇ ਤੇ ਆਪਦੇ ਤੇ ਮੁਸੀਬਤਾਂ ਬਥੇਰੀਆਂ ਰਹੀਆਂ ਨੇ, ਤੁਸੀਂ ਤਾਂ ਚਾਪਲੂਸੀ ਕਰਕੇ ਤੇ MLA ਲੈ ਲਿਆ, ਅਸੀਂ ਤਾਂ ਆਪਦੀ ਕਿਰਤ ਕਰਨੀ ਦਸਾਂ ਨਾਮਾਂ ਦੀ, ਤੁਹਾਡੇ ਸਾਹਮਣੇ ਇੱਥੇ ਵੀ ਕਿਰਤੀ ਕਰਦੇ ਹਾਂ, ਕੋਈ ਡਾਕੇ ਥੋੜੀ ਮਾਰਦੇ ਹਾਂ। ਅੱਛਾ ਇਹ ਦੱਸੋ ਵੀ ਜਦੋਂ ਲੋਕਾਂ ਨਾਲ ਤੁਸੀਂ ਵਿਛੜਦੇ ਸੀ ਵੀ ਉਹ ਮਾਹੌਲ ਕੀ ਇਸ ਤਰ੍ਹਾਂ ਦਾ, ਕੁਝ ਲੋਕ ਜਿਹੜੇ ਸਵਾਲ ਕਰਦੇ ਆ ਵੀ ਜੇ ਜਿੱਤਦੇ ਕੋਈ ਗਰੰਟੀ ਹੈਗੀ ਵੀ ਉਹ ਬਾਹਰ ਆ ਜਾਣਗੇ? ਗੁਰੂ ਮਹਾਰਾਜ ਜਦੋਂ ਕਿਰਪਾ ਹੋ ਗਈ ਇਸ ਵੱਲੇ ਗੁਰੂ ਰਾਮਦਾਸ ਦੀ, ਸਭ ਕੁਛ ਹੋ ਜੂਗਾ। ਆਉਣਗੇ ਕਿਉਂ ਨਹੀਂ ਆਉਣਗੇ, ਸਾਨੂੰ ਪੂਰਨ ਆਸ ਆ, ਆਉਣਗੇ ਤੇ ਆਵਾਜ਼ ਵੀ ਉਠਾਉਣਗੇ। ਜਦੋਂ ਜਾ ਕੇ ਉੱਥੇ ਬੈਠੇ ਨਾ, ਲਾਜਵਾਬ ਕਰ ਦੇਣਗੇ, ਇਹਨਾਂ ਵਾਂਗੂ ਨੀਂਦਾਂ ਪੂਰੀਆਂ ਕਰਕੇ ਨਹੀਂ ਆਉਂਦੇ, ਪੈਗ ਲਾ ਕੇ ਨਹੀਂ ਮੁੜਦੇ। ਉੱਥੇ ਪੈਗ ਲਾਉਂਦੇ ਹੈ, ਅੱਧੇ ਤਾਂ ਉੱਥੇ ਪੈਗ ਲਾਉਣ ਹੀ ਜਾਂਦੇ ਨੇ, ਕੰਟੀਨ 'ਚ ਸਸਤੀ ਮਿਲ ਜਾਂਦੀ ਹੈ ਨਾ। ਅੱਛਾ ਇਹ ਦੱਸੋ ਵੀ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਪੋਰਟ ਵਿੱਚ ਗਏ, ਜਿਹੜੇ ਦੂਜੇ ਹੋਰ ਪੰਥਕ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਖੜੇ ਆ, ਮੈਂ ਉਹਦੀ ਵੀ ਦਿਲੋਂ ਸਪੋਰਟ ਕਰਦਾ ਹਾਂ। ਉੱਥੇ ਆ ਰਾਜੇ ਬੜਿੰਗ ਰੀਆਂ ਜੂਠਾਂ ਖੜੀਆਂ ਨੇ, ਇਹਨੇ ਵੇਖ ਲਓ, ਇਹ ਕਹਿੰਦਾ ਸੀ 3D ਵੀ ਮਤਲਬ ਕਿ ਡਿਸਪਲਨ ਦੇ ਵਿੱਚ, ਜਾਬਤੇ ਦੇ ਵਿੱਚ ਰਹਿਣਾ ਆ। ਇਹਨੇ ਬੜੀਆਂ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ, ਇੰਨਾ ਡਰਾਮਾ ਕੀਤਾ, ਇਹਨੇ ਜਾਬਤੇ 'ਚ ਲਿਆਉਂਦੇ ਲਿਆਉਂਦੇ ਨੇ, ਇਹਨੇ ਆਪ ਹੀ ਜਾਬਤੇ 'ਚ ਰਹਿ ਗਿਆ, ਸਾਰੀ ਕਾਂਗਰਸ ਹੀ ਇਹਨੇ ਖਾਲੀ ਕਰਤੀ, ਜਿਵੇਂ ਪੀਪਾ ਨਹੀਂ ਖੜਕਾ ਦੀਦਾ, ਬਸ ਹੁਣ ਇੱਕ ਵਿਚਾਰਾ ਉਹ ਰਹਿ ਗਿਆ, ਕੀ ਨਾਂ ਆ ਬਾਜਵਾ ਸਾਹਿਬ, ਇੱਕ ਇਹ ਰਹਿ ਗਿਆ, ਇੱਕ ਅੱਧਾ ਮਗਰ ਜਿਹੜਾ ਹਾਂ ਭਰਨ ਨੂੰ, ਉਹ ਸੁੱਖੀ ਰੰਧਾਵਾ ਆ, ਉਹ ਵੀ ਦੇਖ ਲਓ ਤੁਸੀਂ ਪਹਿਲਾਂ, ਉਹਦੇ ਤੋਂ ਬਾਅਦ 'ਚ ਆਉਣਾ ਮੈਂ ਸੁੱਖੀ ਰੰਧਾਵੇ 'ਤੇ, ਪਹਿਲਾਂ ਇਹਦੀ ਗੱਲ ਕਰ ਰਿਹਾ ਮੈਂ। ਤੁਸੀਂ ਇਹ ਵੇਖੋ ਇਹਦੇ 'ਤੇ, ਮੈਂ ਹੁਣ ਦੇਖਿਆ ਸੀ, ਕੱਲ੍ਹ ਹੀ ਦੇਖਿਆ ਸੀਗਾ, ਸਿਰਫ 2017 ਦੇ ਵਿੱਚ 9 ਕਰੋੜ ਦੀ ਇਹਦੀ ਪ੍ਰੋਪਰਟੀ ਸੀਗੀ ਜਿਹੜੀ ਇਹਨੇ ਦੱਸੀ ਸੀਗੀ, ਅਤੇ ਇਹਦੇ ਵਿੱਚ ਆ ਗਈ 19 ਦੇ ਵਿੱਚ, ਮਤਲਬ ਕਿ 19 ਦੇ ਵਿੱਚ 19 ਕਰੋੜ ਰੁਪਈਆ ਲਗਭਗ ਆ ਗਈ ਆ। ਹੁਣ ਇਸ ਟਾਈਮ ਲੁਧਿਆਣੇ ਦੇ ਵਿੱਚ ਜਿੰਨੇ ਕੈਂਡੀਡੇਟ ਖੜੇ ਨੇ, ਸਭ ਤੋਂ ਅਮੀਰ ਕੈਂਡੀਡੇਟ ਹੈ ਜਿਹੜਾ ਉਹ ਰਾਜਾ ਬੜਿੰਗਾ, ਸਭ ਤੋਂ ਅਮੀਰ, ਜਿਹੜੀ ਇਹਦੇ ਕੋਲ ਗੱਡੀ ਆ ਡਿਸਕਵਰੀ 'ਤੇ, ਪਤਾ ਨਹੀਂ ਕਿਹੜੀ 2.5 ਕਰੋੜ ਦੀ ਗੱਡੀ ਆ ਸਰਦਾਰ ਸਾਹਿਬ, ਅਤੇ ਸਾਡੀ ਭੈਣ ਜੀ ਹੈ ਜਿਹੜੀ ਆਪਣੀ ਅੰਮ੍ਰਿਤਾ ਬੜਿੰਗ, ਉਹਦੇ ਕੋਲ ਲੈਂਡ ਕਰੂਜ਼ਰ 2 ਕਰੋੜ ਦੀ ਆ। ਹੈਂ, ਇਹ ਤੁਸੀਂ ਦੱਸੋ ਇਹਨਾਂ ਕੋਲ ਪੈਸਾ ਆਇਆ ਅਤੇ ਆਇਆ ਕਿੱਥੋਂ ਆ, ਇਹਨਾਂ ਦੀ ਤਾਂ ਜਾਂਚ ਹੋਣੀ ਚਾਹੀਦੀ ਆ। ਤੁਸੀਂ ਇਹ ਦੇਖੋ ਇਹਨਾਂ ਦੀਆਂ ਕੀ ਕਹਿੰਦੇ ਨੇ ਕਾਰਖਾਨੇ ਇਹਨਾਂ ਦੇ ਚੱਲਦੇ ਨੇ, ਕੋਟਨ ਫੈਕਟਰੀਆਂ, ਸ਼ੈਲਰ ਇਹਨਾਂ ਦੇ ਚੱਲਦੇ ਨੇ, ਖੱਡਾ ਉੱਥੇ ਕੋਲੇ ਦੀਆਂ ਕੀ ਖਾਨਾਂ ਬੋਲਦੇ ਆ ਉਹਨੂੰ, ਹਾਂਜੀ, ਪੱਥਰ ਦੀਆਂ ਰਾਜਸਥਾਨ ਦੇ ਵਿੱਚ, ਉੱਥੇ ਕਿਹੜਾ ਇਹਦਾ ਫੁੱਫੜ ਰਹਿੰਦਾ ਆ ਜਿਹੜਾ ਇਹਨੂੰ ਦੇਤੀਆਂ, ਹੈਂ, ਉੱਥੇ ਆਈ ਨਾ ਘਾਲੇ ਮਾਲੇ ਕਰਕੇ ਇੰਨੀਆਂ ਇੰਨੀਆਂ ਮਹਿੰਗੀਆਂ ਲੈ ਲਈਆਂ। ਆਪਾਂ ਤਾਂ ਇੱਥੇ ਕਿੰਨੇ ਕਿੰਨੇ ਸਾਲ ਹੋ ਗਏ ਨੇ, ਮਸਾਂ ਇੱਕ ਇੱਕ ਬਿਜ਼ਨਸ, ਦੋ ਦੋ ਬਿਜ਼ਨਸ ਸਾਰਿਆਂ ਨੇ ਖੜ੍ਹੇ ਕੀਤੇ ਨੇ ਦਿਹਾੜੀਆਂ ਕਰ ਕਰਕੇ, ਹੈਂ, ਇਹਨਾਂ ਨੇ 2-4 ਸਾਲਾਂ ਦੇ ਵਿੱਚ ਹੀ ਪਤਾ ਨਹੀਂ ਕਿੰਨੇ ਕੁ ਸ਼ੈਲਰ ਲਾਤੇ ਨੇ, ਕਿੰਨੇ ਕੁ ਕਾਰਖਾਨੇ ਲਾਤੇ ਨੇ, ਉਹਨਾਂ 'ਚ ਵੀ ਇਹਦੇ 3 ਸਾਲ ਇਹ ਨੇ,
ਜਿਹੜੇ ਇਹਦੇ ਨਾਲ ਰਹਿੰਦੇ ਨੇ, ਦੋ, ਇੱਕ ਤਾਂ ਸੱਕਾ ਆ, ਦੋ ਇਹਦੇ ਹੈਗੇ ਨੇ ਚਾਚੇ ਤਾਇਆਂ ਦੇ। ਵੈਸੇ ਤਾਂ ਇਹਦੇ ਜਿਹੜੇ ਸਹੁਰਾ ਸਾਹਿਬ ਨੇ ਉਹ ਪੰਜ ਭਰਾ ਨੇ, ਦੋ ਮਤਲਬ ਕਿ ਨਾਲ ਹੀ ਡਾਟਾ ਹੀ ਕੱਢ ਕੇ ਲੈ ਗਿਆ ਜੀ। ਮੈਂ ਇਹਦੇ ਕੋਲ ਤਾਂ ਪੂਰਾ, ਮੈਂ ਕਹਿੰਦਾ ਚਲੋ ਉਹਨਾਂ ਦਾ ਕਾਹਨੂੰ ਨਾ ਲੈਣਾ ਆ। ਮੈਂ ਤਾਂ ਇਹ ਵੀ ਦੱਸ ਸਕਦਾ ਵੀ ਤੁਸੀਂ ਬਿੱਲਾਂ ਦੇ ਪੈਸੇ ਕਿੰਨੇ ਮਾਰੇ ਨੇ, ਬਿੱਲ ਪੱਕੇ ਨਹੀਂ ਬਿੱਲ ਬਣਵਾਉਂਦੇ ਜਿਹੜੇ, ਤੇ ਦੋ ਨੰਬਰ ਟੈਕਸ ਕਿੰਨਾ ਬਚਾਇਆ ਤੁਸੀਂ, ਉਹ ਵੀ ਦੱਸ ਸਕਦਾ ਮੈਂ ਵੀ ਕਾਰਖਾਨੇ ਚ ਕਿੰਨਾ ਤੁਸੀਂ ਰਾਖੜੀ ਕੀਤੀ ਆ। ਦੱਸਾਂਗੇ ਮੌਕਾ ਆਉਣ ਤੇ। ਫਿਰ ਰਹਿ ਗਈ ਗੱਲ, ਇਹਨੇ ਪਿਛਲੀ ਵਾਰੀ 19 ਦੇ ਵਿੱਚ ਚੋਣ ਲੜੀ ਆ ਬਠਿੰਡੇ ਤੋਂ, ਠੀਕ ਆ ਗੱਲ, ਉਦੋਂ ਬਾਅਦ ਕਿਤੇ ਵੜਿਆ ਜਾ ਕੇ, ਹੁਣ ਵੜਨ ਲੱਗੇ ਸੀ ਉਹ ਭੈਣ, ਹੁਣ ਜਾਣ ਲੱਗੀ ਸੀ ਪਤਾ ਚੋਣ ਲੜਨੀ ਆ ਤਾਂ ਜਾਣ ਲੱਗੀ ਸੀ। ਹੁਣ 5 ਸਾਲ ਇਹਨੇ ਮੂੰਹ ਨਹੀਂ ਦਿਖਾਇਆ, ਤੇ ਲੁਧਿਆਣੇ ਵਾਲੇ ਤੁਹਾਨੂੰ ਮੈਂ ਇੱਕ ਗੱਲ ਕਹਿ ਦਿੰਦਾ, ਵੜਨਾ ਇਹਨੇ ਇੱਥੇ ਵੀ ਨਹੀਂ ਜੇ, ਨਾਲੇ ਉਹ ਇਹਦਾ ਏਰੀਆ ਸੀਗਾ ਉੱਥੇ ਨਹੀਂ ਵੜਿਆ ਏ। ਭਾਈ ਅੰਮ੍ਰਿਤਪਾਲ ਨੂੰ, ਛਦਰਾ ਸਾਹਿਬ ਨੂੰ ਜਿਤਾਉਣ, ਜੇ ਉਹਨੂੰ ਵੀ ਨਹੀਂ ਪਾਉਣੀ ਤੇ ਆਪਣਾ ਕਮਲਜੀਤ ਹੈਗਾ ਆ, ਆਪਣਾ ਭਰਾ ਆ, ਨਾਲੇ ਕਿੰਨਾ ਮਤਲਬ ਕਿ ਜਿੱਥੇ ਵੀ ਕਿਤੇ ਕਿਸਾਨੀ ਦੀ ਗੱਲ ਹੁੰਦੀ ਉਹ ਤਾਂ ਜਾ ਕੇ ਅੜਦਾ ਆ, ਕੋਈ ਪੰਥਕ ਮੁੱਦਾ ਆ ਉੱਥੇ ਜਾ ਕੇ ਖੜਦਾ ਆ, ਨਾਲੇ ਪਿਛੋਕੜ ਉਹਦਾ ਕਾਂਗਰਸ ਹੀ ਆ। ਬੰਦਿਆਂ ਦੇ ਵਿੱਚ ਅਣਖ ਚਾਹੀਦੀ, ਗੈਰਤ ਚਾਹੀਦੀ ਆ, ਪਾਰਟੀ ਜਿਹੜੀ ਨਾ ਮਰਜ਼ੀ ਨਾਲ, ਐਤੀ ਪਾਰਟੀਆਂ ਦਾ ਨੀਗਾ, ਐਤੀ ਬੰਦਿਆਂ ਦੀ ਕਦਰ ਆ, ਬੰਦਿਆਂ ਦੇ ਕਿਰਦਾਰ ਲੜਨਗੇ। ਤੁਹਾਡੇ ਸਾਹਮਣੇ ਇਹਨੇ ਬੇਇੱਜ਼ਤੀ ਕਰਾ ਕੇ ਮੋੜੂਗਾ ਬੜਿੰਗ, ਉੱਥੋਂ ਤਾਂ ਲੱਭਣਾ ਵੀ ਨਹੀਂ ਇਹਨੇ ਉੱਥੋਂ। ਪੰਜਾਬ 'ਚ ਕਿਹਦੀ ਮੋਰ ਓਵਲ ਹਾਵਾ ਕਿਹਦੀ ਚੱਲਦੀ ਆ ਮੈਨੂੰ, ਬਾਕੀ ਦਾ ਤਾਂ ਮੈਨੂੰ ਪਤਾ ਨੀਗਾ। ਭਾਈ ਸਾਹਿਬ ਜਿਹੜੇ ਨੇ ਬਹੁਤ ਵੱਡੀ ਲੀਡ 'ਤੇ ਜਿੱਤਣਗੇ, ਰਿਕਾਰਡ ਤੋੜ ਦੇਣਗੇ, ਮੈਨੂੰ ਇਸ ਗੱਲ ਦਾ ਜ਼ਰੂਰ ਪਤਾ ਆ। ਭਾਈ ਅੰਮ੍ਰਿਤਪਾਲ ਸਿੰਘ, ਠੀਕ ਹੈ ਗੱਲ, ਰਹਿ ਗਈ ਗੱਲ ਭਗਵੰਤ ਮਾਨ ਦੀ, ਇਹ ਮਾੜਾ ਜਿਹਾ ਹੈਗਾ, 2 ਮਿੰਟ ਟਾਈਮ ਬੋਲਦੇ, ਕੋਈ ਨਹੀਂ। ਹਾਂ ਅੱਛਾ, ਮੇਰੀ ਗੱਲ ਸੋ, ਕਹਿੰਦੇ ਸੀ 25 ਲੱਖ ਨੌਕਰੀ ਦੇਵਾਂਗੇ, ਹੁਣ 42 ਲੱਖ ਕਹਿ ਦਿੰਦੇ ਨੇ, ਕਦੀ ਤਾਂ 30 ਕਹਿ ਦਿੰਦੇ ਨੇ, ਕਦੀ 28 ਕਹਿ ਦਿੰਦੇ ਨੇ। ਫਿਰ ਕੁਛ ਤਾਂ ਦਿੱਤੀਆਂ ਹੋਣੀਆਂ, ਕਿੱਥੇ ਉਹ ਦਿੱਤੀਆਂ, ਹੁਣ ਜਿਹੜਾ ਮਰ ਗਿਆ ਉਹਦੀ ਖਾਲੀ ਥਾਂ ਤਾਂ ਭਰਨੀ ਆ ਕਿ ਨਹੀਂ ਭਰਨੀ, ਉਹ ਖਾਲੀ ਥਾਵਾਂ ਭਰਦੇ ਨੇ, ਜਿਵੇਂ ਆਪਣਾ ਖਾਲੀ ਥਾਂ ਭਰੋ ਜੀ, ਉਹ ਖਾਲੀ ਥਾਵਾਂ ਭਰਦੇ ਨੇ। ਕਿਸੇ ਅਖਬਾਰ ਦੇ ਵਿੱਚ ਆਇਆ ਸੀਗਾ, ਕਿਸੇ ਨੇ ਕਿਹਾ ਮੈਨੂੰ ਨੌਕਰੀ ਮਿਲ ਗਈ ਆ, ਉਹ ਜੁਆਇਨਿੰਗ ਲੈਟਰ ਦੇਤੇ ਨੇ, ਅਜੇ ਤੱਕ ਨਹੀਂ ਕਿਸੇ ਦਾ ਕਿਹਾ, ਜਿਹੜੇ ਹੈਗੇ ਸੀ ਉਹ ਵੀ ਬਾਹਰ ਕੱਢਤੇ ਨੇ। ਫਿਰ ਇਹਨਾਂ ਨੇ ਕਿਹਾ 3 ਲੱਖ, 3 ਲੱਖ ਘਰ ਜਿਹੜਾ ਪਵਾਵਾਂਗੇ ਅਸੀਂ, ਠੀਕ ਹੈ ਗੱਲ, ਹਰ ਸ਼ਹਿਰ ਦੇ ਵਿੱਚ ਛੋਟੇ ਮੋਟੇ ਕਸਬੇ ਦੇ ਵਿੱਚ 3000 ਜਿਹੜਾ ਅਸੀਂ ਮਤਲਬ ਕਿ ਘਰ ਜਿਹੜਾ ਪਵਾ ਕੇ ਦੇਵਾਂਗੇ। ਇਹਨਾਂ ਦਾ ਜਿਹੜਾ ਮੈਨੂਫੈਸਟੋ ਵਿੱਚ ਹੈਗਾ ਸੀਗਾ, ਇਹ 2022 ਦੇ ਵਿੱਚ ਆ ਜਿਹੜਾ ਲਿਖਿਆ ਹੋਇਆ ਇਹਨਾਂ ਨੇ। ਦੱਸੋ ਕਿੰਨੇ ਕੁ ਘਰ ਪਵਾਤੇ ਨੇ, ਦੇਖਿਆ ਕਿਸੇ ਦਾ ਘਰ ਪਿਆ? ਮੈਂ ਤਾਂ ਕੱਲ੍ਹ ਹੀ ਇੱਕ ਮੁੰਡਾ ਉਹ ਸੁਖਵਿੰਦਰ ਆ, ਉਹਦੀ ਇੰਟਰਵਿਊ ਦੇਖੀ ਜਾਂਦਾ ਸੀਗਾ ਹਲਕਾ ਸਰਦੂਲਗੜ੍ਹ ਦੇ ਵਿੱਚ, ਉਹ ਵਿਚਾਰੇ ਮੈਂ ਕਹਿੰਦਾ ਉੱਤੇ ਮੋਰੇ ਐਡੇ ਐਡੇ। ਤੁਸੀਂ ਭਾਜਪਾ ਸੋਰੀ, ਤੁਸੀਂ ਅਕਾਲੀ ਤੁਸੀਂ ਨਹੀਂ ਛੱਡਦੇ, ਕਾਂਗਰਸੀ ਤੁਸੀਂ ਨਹੀਂ ਛੱਡਦੇ, ਹੁਣ ਆਪ ਵਾਲਿਆਂ ਦੇ ਮਗਰ ਪੈ ਗਏ, ਫਿਰ ਇਹਦਾ ਮਤਲਬ ਮੰਨ ਲਈਏ ਪਿੱਛੇ ਤੁਸੀਂ ਭਾਜਪਾ ਦੀ ਵੀ ਸਪੋਰਟ ਕਰਦੇ ਹੋਵੋਗੇ ਕਿ ਨਹੀਂ? ਅਸੀਂ ਹਾਂਜੀ ਭਾਜਪਾ ਦੇ, ਅਸੀਂ ਤਾਂ 76 ਮਾਰਦੇ ਆ, ਅਸੀਂ ਸਪੋਰਟ ਕਾਹਦੀ ਕਰਦੇ ਹਾਂ? ਭਾਜਪਾ ਸਾਡੀ ਕੀ ਲੱਗਦੀ ਹੈ ਜਿਨ੍ਹਾਂ ਨੇ ਸਾਡੇ ਫੜ ਕੇ ਬੰਦੇ ਅੰਦਰ ਕਰਤੇ ਨੇ? ਐਡੂ ਮਾੜੀ ਕੀ ਹੋ ਸਕਦੀ ਆ? ਭਾਜਪਾ ਵਾਲਿਆਂ ਨੇ ਤਾਂ ਸਾਡੇ ਬੰਦੇ ਅੰਦਰ ਕੀਤੇ ਨੇ ਵਿਚਾਰਾ। ਹੁਣ ਇੱਥੇ ਬਸ ਨਹੀਂ, ਜੇ 1 ਮਿੰਟ ਮਿਲੀ ਅਜੇ ਗੱਲ ਇਹਨਾਂ ਦੀ ਝਾੜੂ ਵਾਲਿਆਂ ਦੀ ਪੂਰੀ ਨਹੀਂ ਹੋਈ। ਬੌਕਰਾ ਵਾਲੇ ਕਹਿੰਦੇ ਸੀਗੇ ਅਸੀਂ VIP ਕਲਚਰ ਜਿਹੜਾ ਬੰਦ ਕਰਾਂਗੇ 95%, ਠੀਕ ਆ, ਛੋਟੇ ਤੋਂ ਛੋਟਾ ਜਿਹੜਾ ਮਾੜਾ ਮੋਟਾ ਵੀ MLA ਆ ਨਾ, ਉਹਦੇ ਨਾਲ ਵੀ 15-20 ਗਨਮੈਨ ਚੱਲਦੇ ਨੇ, ਤੇ ਕਈਆਂ ਨੇ ਤਾਂ ਪਾਇਲਟ ਲਾਈਆਂ ਨੇ, ਉਹ ਮੰਤਰੀਆਂ ਦੇ ਮਤਲਬ ਕਿ ਫੀਲਿੰਗ ਲੈਂਦੇ ਆ। ਤੇ ਜਿਹੜਾ ਉੱਥੇ ਖਡੂਰ ਸਾਹਿਬ ਦੇ ਵਿੱਚ ਮੰਤਰੀ ਆ ਇਹਨਾਂ ਦਾ ਲਾਲਜੀਤ ਭੁੱਲਰ, ਉਹਦੀ ਬੋਲਬਾਣੀ ਵੇਖ ਲਈ ਸੀ ਨਾ ਤੁਸੀਂ, ਕਿਵੇਂ ਉਹ ਬੋਲਦਾ ਸੀਗਾ ਰਾਮਗੜੀ ਸਿੱਖਾਂ ਨੂੰ, ਜਿਨ੍ਹਾਂ ਕਿੱਡੀਆਂ ਵੱਡੀਆਂ ਕੁਰਬਾਨੀਆਂ ਨੇ। ਇਹਨੂੰ ਪਤਾ ਨਹੀਂ ਨਾ ਜਿੱਦਣ ਰਾਮਗੜੀਆਂ ਨੇ
ਧੌਣ ਤੇ ਗੋਡਾ ਰੱਖਤਾ ਤੇ ਤੇਰੀ ਚੀਕ ਵੀ ਨਹੀਂ ਨਿਕਲਣੀ, ਪਿੱਛੋਂ ਨਹੀਂ ਨਿਕਲਣੀ, ਮੂੰਹ ਚੋਂ ਨਹੀਂ ਨਿਕਲਣੀ। ਫਿਰ ਸੁਨਿਆਰਿਆਂ ਨੂੰ ਬੋਲਦੇ ਨੇ ਇਹੋ ਜਿਹੇ ਤਾਂ ਬੰਦੇ। ਫਿਰ ਤੁਸੀਂ ਇਹ ਵੇਖੋ, ਕੋਈ ਨਹੀਂ ਹੁਣ ਦੋ ਮਿੰਟ ਕੋਈ ਗੱਲ ਨਹੀਂ, ਹੁਣ ਲਾ ਲੈਣ ਦਿਓ ਮੈਨੂੰ ਵੀ। ਤੁਸੀਂ ਇਹ ਵੇਖੋ, ਇਹ ਕਹਿੰਦੇ ਸਾਡੇ ਆਪ ਦੇ ਵਾਰੰਟੀ ਵਾਲੇ ਹੋਣਗੇ, ਦਰੀਆਂ ਵਿਛਾਉਣ ਵਾਲੇ ਹੋਣਗੇ, ਸਾਈਕਲਾਂ ਵਾਲੇ ਪੈਂਚਰ ਲਾਉਣ ਵਾਲੇ ਹੋਣਗੇ। ਹੁਣ ਤੁਸੀਂ ਇਹ ਦੇਖੋ, 5 ਤਾਂ ਮੰਤਰੀ ਨੇ, ਠੀਕ ਹੈ, 3 MLA ਨੇ, 3-4 ਕਲਾਕਾਰ ਨੇ, ਅਤੇ 3-4 ਇੱਧਰੋਂ ਉੱਧਰੋਂ ਫੜ ਕੇ ਲਿਆਏ ਨੇ, ਠੀਕ ਆ। ਅਤੇ ਉਹ ਦੱਸੋ ਤੁਸੀਂ ਆਪ ਕਿੱਥੇ ਨੇ ਹੋਣਾ। ਫਿਰ ਇਹਨੇ ਇਹ ਗੱਲ ਕਹੀ ਵੀ ਮੈਂ ਜਦੋਂ ਪਹਿਲੀ ਵਾਰ ਸੰਗਰੂਰ 'ਚ ਇਹਨੇ ਚੋਣ ਲੜੀ ਆ, ਤੁਹਾਨੂੰ ਵੀ ਪਤਾ ਹੀ ਆ, ਇਹਨੇ ਇਹ ਗੱਲ ਕਹੀ ਮੈਂ ਦੁਬਾਰਾ ਜੇ ਮੇਰੇ 'ਚ ਕੋਈ ਗੁਣ ਨਾ ਹੋਇਆ, ਮੈਂ ਕੋਈ ਕੰਮ ਨਾ ਇਸ ਹਲਕੇ ਦਾ ਕੀਤਾ, ਮੈਂ ਦੁਬਾਰਾ ਵੋਟ ਮੰਗਣ ਨਹੀਂ ਆਉਂਦਾ। ਜੇ ਕੁਛ ਕੀਤਾ ਤਾਂ ਤੁਸੀਂ ਆਪਣੇ ਆਪ ਪਾ ਦਿਓ, ਠੀਕ ਹੈ ਗੱਲ। ਉਸ ਤੋਂ ਪਿਛਲੀ ਵਾਰੀ ਵੀ ਉੱਥੇ ਹੀ ਧੱਕੇ ਖਾਂਦਾ ਫਿਰਿਆ, ਹੁਣ ਵੀ ਬਾਂਦਰ ਵਾਂਗੂ ਉੱਥੇ ਹੀ ਟਪੂਸੀਆਂ ਲਾਉਂਦਾ ਫਿਰਦਾ ਆ। ਮੁੱਖ ਮੰਤਰੀ ਵਾਲੇ ਉਹਦੇ 'ਚ ਕੋਈ ਗੁਣ ਹੈਗਾ ਆ? ਮੁੱਖ ਮੰਤਰੀ ਅੱਜ ਤੱਕ ਤੁਸੀਂ ਦੇਖਿਆ ਜਿਹੜਾ ਉੱਤੇ ਗਾਣੇ ਲਾ ਕੇ ਤੇ ਟਪੂਸੀਆਂ ਗੱਡੀ ਦੇ ਉੱਤੇ ਲਾਉਂਦਾ ਹੋਵੇ? ਚਲੋ ਆਪਾਂ ਹੁਣ 1 ਜੂਨ ਤੱਕ ਵੇਟ ਕਰੋ ਤੇ ਤੁਹਾਡੀ ਜਿਹੜੀ ਮੇਰੀ, ਹਾਂ ਮੇਰੀ ਸਾਰੇ ਸੰਗਰੂਰ ਹਲਕਿਆਂ ਦੇ ਜਿੰਨੇ ਵੀ ਵੋਟਰ ਨੇ ਕਿਸੇ ਵੀ ਮਜ਼ਹਬ ਦੇ ਨਾਲ ਜੁੜੇ ਆ, ਹੱਥ ਜੋੜ ਕੇ ਬੇਨਤੀ ਆ ਸਾਡੇ ਵੱਲੋਂ, ਇੱਕ ਇੱਕ ਵੋਟ ਹੈ ਜਿਹੜੀ ਜਿਵੇਂ ਸਰਪੰਚੀ ਨੂੰ ਪਾਈ ਦੀ ਜਾਂ ਮੈਂਬਰੀ ਨੂੰ ਪਾਈ ਦੀ ਆ, ਵੀਰ ਬਣ ਕੇ ਐਵੇਂ ਵੋਟ ਪਾ ਦਿਓ, ਪਤਾ ਲੱਗ ਜੇ ਵੀ ਕੋਈ ਪੰਜਾਬੀ ਹੈਗੇ ਨੇ। ਨਹੀਂ ਤਾਂ ਜਿਹੜਾ ਮੋਦੀ ਸ਼ੁੱਧ ਹੀ ਹੈ ਨਾ, ਇਹਨੇ ਕਹਿਣਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ। ਅਤੇ ਜਿੰਨੇ ਵੀ NRI ਮੇਰੇ ਵੀਰ ਬਾਹਰ ਰਹਿੰਦੇ ਆ, ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਘਰਾਂ 'ਚ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਫੋਨ ਕਰੋ, ਕੋਈ 1-2 ਦਿਨ ਲਾ ਕੇ ਵੀ ਆਉਣ ਉੱਥੇ ਅਤੇ ਵੋਟ ਵੀ ਪਾ ਕੇ ਆਉਣ, ਅਤੇ ਬਲਟੋਏ ਵਰਗਿਆਂ ਨੂੰ ਨੱਥ ਵੀ ਪਾਉਣ ਇਹੋ ਜਿਹੀਆਂ ਚਵਲਾਂ ਨੂੰ। ਅਤੇ ਧੰਨਵਾਦ ਜੀ, ਤੁਸੀਂ ਕਾਹਲੇ ਪੈ ਗਏ, ਅੱਜ ਮੇਰਾ ਕੰਮ ਬਹੁਤ ਲੰਬਾ ਸੀਗਾ। ਸਤਿ ਸ਼੍ਰੀ ਅਕਾਲ ਜੀ।